ਕਰਦੇ ਕਿ ਸਾਡੇ ਜਿਹੜੀਆਂ ਹੈਗੀਆਂ ਜਿੰਨੀਆਂ ਸਾਨੂੰ ਸਹੂਲਤਾਂ ਮਿਲੀਆਂ ਉਹ ਬਚਣ। ਅੱਜ ਤੁਹਾਨੂੰ ਮੈਂ ਦੱਸਦਾ ਕਿ ਸਾਰੇ ਲੋਕਾਂ ਦਾ ਇਹ ਤੁਸੀਂ ਜਵਾਨ ਵੀ ਬਚਾਓ ਕਰ ਰਿਹਾ ਕਿ ਮੈਂ ਧਰਤੀ ਤੇ ਜਿੰਦਾ ਰਹਿਣਾ। ਅੱਜ ਕੱਲ੍ਹ ਹਰੇਕ ਬੰਦੇ ਦਾ ਹੱਕ, ਅੱਜ ਕੱਲ੍ਹ ਹਰੇਕ ਬੰਦੇ ਦਾ ਹੱਕ ਹੈ ਧਰਤੀ ਤੇ ਜਿਉਂਦਾ ਰਹਿਣਾ, ਪਰ ਇਹ ਲੋਕ ਤੁਹਾਨੂੰ ਜਿਉਂਦਾ ਨਹੀਂ ਰਹਿਣ ਦੇਣਗੇ। ਨਾ ਦੇਖੋ ਇੱਕ ਯਕੀਨ ਕਰਿਓ ਕਿ ਜਦੋਂ ਸਾਰੇ ਬੰਦਿਆਂ ਦੇ ਧਰਤੀ ਤੇ ਮਾਸਕ ਲੱਗ ਜਾਣ ਤਾਂ ਉਹਦਾ ਅਰਥ ਕੀ ਹੁੰਦਾ ਕਿ ਧਰਤੀ ਹਵਾ ਹੈ ਇੰਨੀ ਜ਼ਿਆਦਾ ਖਰਾਬ ਹੋ ਗਈ ਹੈ, ਇਸ ਦੇਸ਼ ਦਾ ਵਾਤਾਵਰਨ ਇੰਨਾ ਜ਼ਿਆਦਾ ਖਰਾਬ ਹੋ ਗਿਆ, ਇਸ ਦੇਸ਼ ਦੇ ਗਾਇਬ ਹੋ ਗਏ, ਅੱਜ ਰੁਜ਼ਗਾਰ ਦਾ ਮੁੱਦਾ ਗਾਇਬ ਹੋ ਗਿਆ। ਇਹਦਾ ਮਤਲਬ ਕੀ ਹੈ? ਸਰਕਾਰਾਂ ਵੀ ਜਿਹੜੀਆਂ ਹੈਗੀਆਂ ਲੋਕਾਂ ਦੀਆਂ ਪੂਰੀਆਂ ਕਰੋ, ਕੱਚੇ ਕੰਮ ਪੱਕੇ ਕਰੋ, ਅੱਜ ਅਸੀਂ ਪੰਜਾਬ ਅਤੇ ਯੂਟੀ ਸੰਘਰਸ਼ ਮੁਲਾਜ਼ਮ ਮੋਰਚੇ ਵੱਲੋਂ ਜਿਹੜਾ ਹੈਗਾ ਅੱਜ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਜਿਹਦੇ ਵਿੱਚ ਸਾਡੀਆਂ ਮੁੱਖ ਮੰਗਾਂ ਨੇ ਕਿ ਜਿਹੜੇ ਹੈਗੇ ਕੱਚੇ ਮੁਲਾਜ਼ਮ, ਚਾਹੇ ਉਹ ਡੇਲੀ ਵੇਜ ਹੋਣ ਚਾਹੇ ਆਊਟਸੋਰਸਿੰਗ ਰਾਹੀਂ ਰੱਖੇ ਹੋਣ, ਉਹ ਕਿਸੇ ਵੀ ਏਜੰਸੀ ਦੁਆਰਾ ਰੱਖੇ ਹੈ, ਅਸੀਂ ਕਹਿੰਦੇ ਹਾਂ ਕਿ ਸਰਕਾਰ ਉਹਨਾਂ ਨੂੰ ਤੁਰੰਤ ਰੈਗੂਲਰ ਕਰੇ। ਅਤੇ ਇਸ ਤੋਂ ਇਲਾਵਾ ਜਿਹੜਾ ਸਾਡਾ ਮੋਬਾਈਲ ਪਤਾ ਸਰਕਾਰ ਨੇ ਕੱਟਿਆ ਹੈਗਾ, ਉਹ ਸਾਡਾ ਜਿਹੜਾ ਮੋਬਾਈਲ ਪਤਾ ਬੰਦ ਕੀਤਾ ਜਾਵੇ ਕੱਟਣਾ। ਜੇਕਰ ਸਾਡਾ ਮੋਬਾਈਲ ਪੱਤਾ ਕੱਟਣਾ ਹੈ ਤਾਂ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇਹ ਮੰਤਰੀ ਆ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਕਿ ਲੱਖਾਂ ਰੁਪਇਆ ਮਿਲਦਾ ਹੈਗਾ ਭੱਤੇ ਦਾ, ਤਾਂ ਉਹਨਾਂ ਦਾ ਭੱਤੇ ਸਭ ਤੋਂ ਪਹਿਲਾਂ ਕੱਟੇ ਜਾਣ। ਬਹੁਤ ਸਾਰੇ ਮੁਲਾਜ਼ਮ ਪੰਜਾਬ ਦੇ ਵਿੱਚ ਜਿਵੇਂ ਆਸ਼ਾ ਵਰਕਰ ਹੋਈਆਂ, ਮਿਡ ਡੇ ਮੀਲ ਵਰਕਰ ਹੋਏ, ਹੋਰ ਕਿੰਨੇ ਮੁਲਾਜ਼ਮ ਨੇ ਜਿਨ੍ਹਾਂ ਨੂੰ ਘੱਟੋ ਘੱਟ ਉਜਰਤਾਂ ਤੋਂ ਵੀ ਘੱਟ ਜਿਹੜੀ ਇਹ ਗੁਜ਼ਾਰਾ ਕਰਨਾ ਪੈ ਰਿਹਾ ਹੈ। ਅਤੇ ਲੰਬੇ ਸਮੇਂ ਤੋਂ ਬਹੁਤ ਸਾਰੇ ਮੁਲਾਜ਼ਮਾਂ ਦੇ ਵਿੱਚੋਂ ਆਪਣੇ ਸੰਘਰਸ਼ ਲੜਦਿਆਂ ਹੋਇਆਂ ਜਿਨ੍ਹਾਂ ਨੇ ਵਿਕਟੇਬਾਈ ਹੋਏ ਨੇ, ਜਿਹੜੇ ਚਾਹੇ ਉਹ ਅੰਮ੍ਰਿਤਸਰ ਦੇ ਪੰਜ ਸਾਥੀ ਹੋਣ, ਅਧਿਆਪਕ ਸਾਥੀ ਹੋਣ, ਜਿਨ੍ਹਾਂ ਨੂੰ ਵੱਖ ਵੱਖ ਸੰਘਰਸ਼ਾਂ ਦੇ ਦੌਰਾਨ ਵਿਕਟੇਬਾਈ ਕੀਤਾ ਗਿਆ, ਉਹਨਾਂ ਦੀਆਂ ਜਿਹੜੀਆਂ ਵਿਕਟੇਬਾਈਜ਼ ਨੂੰ ਰੱਦ ਕਰਾਉਣ ਸੰਬੰਧੀ, ਅਤੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪਲੇਟਫਾਰਮਾਂ ਦੇ ਉੱਪਰ ਮੁਲਾਜ਼ਮਾਂ ਨਾਲ ਕੀਤੀ ਜਾਂਦੀ ਧੱਕਿਆਸ਼ਾਹੀ। ਪਹਿਲੀ ਮੰਗ ਇਹ ਹੈ ਵੀ ਜਿਹੜੇ ਕੱਚੇ ਕਾਮੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ, ਉਹ ਚਾਹੇ ਲਿਸਟਮੈਂਟ 'ਤੇ ਨੇ, ਚਾਹੇ ਆਊਟਸੋਰਸਿੰਗ ਦੇ ਨੇ, ਚਾਹੇ ਉਹ ਮੰਨ ਲਓ ਉਡਾਉਕਤੇ ਨੇ। ਦੂਸਰੀ ਗੱਲ, ਅਸੀਂ ਇਹ ਕਹਾਂਗੇ ਕਿ ਸਰਕਾਰ ਨੂੰ ਜਿਹੜੀ ਨਵੀਂ ਭਰਤੀ ਹੈ ਉਹ ਖੋਲ੍ਹ ਕੇ ਜਿਹੜੇ ਕੱਚੇ ਕਾਮੇ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ। ਸੋ ਇਸੇ ਤਰ੍ਹਾਂ ਅਸੀਂ ਕਹਿੰਦੇ ਹਾਂ ਵੀ ਜਿਹੜਾ ਸਰਕਾਰ ਨੇ ਸਾਡਾ DA ਜਾਮ ਕੀਤਾ ਹੋਇਆ ਵੀ ਉਹ ਲਾਗੂ ਕੀਤਾ ਜਾਵੇ। लक्ष्य को हासिल कर लेने का भरोसा है KMV, सपनों को नई उड़ान देने का भरोसा है KMV, प्रतिस्पर्धा के दौर में सफलता का भरोसा है KMV, पंजाब में नंबर 1 अग्रणी शिक्षण संस्थान है KMV, 135 सालों की स्वर्णिम परंपरा है KMV, भारत में शीर्ष रैंकिंग में शामिल कन्या महाविद्यालय जालंधर।